are watching Channel Y. Channel Y, a South Asian Canadian channel. ਪਹੁੰਚੇ ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਕੈਪਟਨ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਕਾਰਜ ਨਹੀਂ ਕੀਤਾ। ਮਲਿਕ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਦੇਸ਼ ਵਿਰੋਧੀ ਦੱਸਿਆ ਤੇ ਬੀਜੇਪੀ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਪੰਜਾਬ ਦੇ ਲਈ ਬਹੁਤ ਮਹੱਤਵਪੂਰਨ ਲਮਹਾ ਚੋਣਾਂ ਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਆਪਣਾ ਟਕੋਸਲਾ ਪੱਤਰ ਜਿਹੜਾ ਜਾਰੀ ਕੀਤਾ ਸੀ ਇਹਨਾਂ ਨੇ ਮੈਨੀਫੈਸਟੋ ਝੂਠਾ, ਉਹਦੇ ਨਾਲ ਪੰਜਾਬ ਦੇ ਭਵਿੱਖ ਤੇ ਤਾਲਾ ਬਣ ਕੇ ਲੱਗ ਗਏ ਨੇ। ਔਰ ਹੁਣ ਮੌਕਾ ਮਿਲਿਆ ਪੰਜਾਬ ਦੇ ਵੋਟਰਾਂ ਨੂੰ ਕਿ ਉਹ ਆਪਣੇ ਵੋਟ ਦੇ ਮਾਧਿਅਮ ਨਾਲ ਕੈਪਟਨ ਅਮਰਿੰਦਰ ਰੂਪੀ ਤਾਲਾ ਜਿਹੜਾ ਹੈ ਉਹ ਖੋਲ੍ਹ ਕੇ ਪੰਜਾਬ ਨੂੰ ਕਾਂਗਰਸ ਦੇ ਖੂਨੀ ਪੰਜੇ ਤੋਂ ਆਜ਼ਾਦ ਕਰਵਾਉਣ, ਕਿਉਂਕਿ ਇਹ ਕਾਂਗਰਸ ਹੈ ਜਿਹਨੇ ਕਿ ਪੰਜਾਬ ਦੇ ਵਿੱਚ ਹਰ ਚੀਜ਼ ਬੰਦ ਕਰਤੀ ਹੈ। ਅੱਜ 2 ਸਾਲ ਤੋਂ ਪੰਜਾਬ ਦਾ ਵਿਕਾਸ ਬੰਦ ਹੈ, ਅੱਜ ਬੁਢਾਪਾ ਪੈਨਸ਼ਨ ਬੰਦ ਹੈ, ਵਿਧਵਾ ਪੈਨਸ਼ਨ ਬੰਦ ਹੈ, ਸ਼ਗਨ ਸਕੀਮ ਬੰਦ ਹੈ, ਆਟਾ ਦਾਲ ਸਕੀਮ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਚਾਹ ਪੱਤੀ ਦੇ ਚੀਨੀ ਦੇਵਾਂਗੇ, ਆਟਾ ਦਾਲ ਸਕੀਮ ਬੰਦ ਹੈ। ਅੱਜ ਇਹਨਾਂ ਨੇ ਲਗਭਗ 800 ਸਕੂਲ ਬੰਦ ਕਰਤੇ ਨੇ, 750 ਡਿਸਪੈਂਸਰੀਆਂ ਬੰਦ ਕਰਤੀਆਂ, 1933 ਜਨ ਔਸ਼ਧੀ ਕੇਂਦਰ ਜਿਹੜੇ ਨੇ ਉਹ ਬੰਦ ਕਰਤੇ ਨੇ। ਅੱਜ ਇਹਨਾਂ ਨੇ ਜਿਹੜੇ ਬੱਚਿਆਂ ਨੂੰ ਮੁਫਤ ਕਿਤਾਬਾਂ, ਸਾਈਕਲ ਅਤੇ ਯੂਨੀਫਾਰਮ ਮਿਲਦੀ ਸੀ ਉਹ ਬੰਦ ਕਰਤੀ ਹੈ। ਜੋ ਟ੍ਰੇਨਾਂ ਚਲਾਈਆਂ ਸੀ ਸਾਡੀ ਅਕਾਲੀ ਬੀਜੇਪੀ ਸਰਕਾਰ ਨੇ, ਧਾਰਮਿਕ ਟ੍ਰੇਨਾਂ ਕਿ ਯਾਤਰੂ ਉੱਥੇ ਸਫ਼ਰ ਕਰ ਸਕਣ, ਅੱਜ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ। ਔਰ ਝੂਠੇ ਵਾਅਦੇ ਕੀਤੇ ਨੇ, ਯੂਥ ਅੱਜ ਦੇਖ ਰਿਹਾ ਨੌਕਰੀ ਤਾਂ ਮਿਲੀ ਨਹੀਂ, 2500 ਰੁਪਏ ਬੇਰੁਜ਼ਗਾਰੀ ਭੱਤਾ ਕਿਸੇ ਨੂੰ ਨਹੀਂ ਮਿਲਿਆ, ਕਿਸਾਨ ਨੂੰ ਵੀ ਠੱਗ ਲਿਆ ਕਿ 90,000 ਕਰੋੜ ਕਿਸਾਨ ਆਤਮ ਹੱਤਿਆ ਕਰ ਰਹੇ। ਮੇਰਾ ਇਹ ਕਹਿਣਾ ਹੈ ਕਿ ਅੱਜ ਲੰਮਾ ਔਰ ਉਹ ਆ ਗਿਆ ਕਿ 13 ਦੇ 13 ਸੀਟਾਂ 'ਤੇ ਇਹ ਕੈਪਟਨ ਰੂਪੀ ਤਾਲਾ ਜਿਹੜਾ ਹੈ ਉਹ ਵੋਟਰਾਂ ਦੀ ਚਾਬੀ ਨਾਲ ਖੁੱਲ੍ਹੇਗਾ। ਅੱਜ ਮੋਦੀ ਸਰਕਾਰ ਦੀ ਕਥਨੀ ਕਰਨੀ ਇੱਕ ਹੈ, ਪਹਿਲੇ ਮੋਦੀ ਜੀ 'ਤੇ ਆਸ ਸੀ, ਹੁਣ ਵਿਸ਼ਵਾਸ ਹੈ, ਅਸੀਂ ਉਹ ਮੈਨੀਫੈਸਟੋ ਜਾਰੀ ਕਰਨਾ ਜਿਹੜਾ ਪੂਰਾ ਹੋ ਸਕੇ। ਕਾਂਗਰਸ ਨੇ ਤਾਂ ਅੱਤਵਾਦੀਆਂ ਦੇ ਵੋਟਾਂ ਲਈ ਅਜੇ ਵੀ ਕਹਿਤਾ ਕਿ ਰਾਸ਼ਟਰਦਰੋਹ ਦਾ ਜਿਹੜਾ ਕਾਨੂੰਨ ਹੈ, ਆਪਣੀ ਫੌਜ ਆਪਣੀ ਸੁਰੱਖਿਆ ਫੋਰਸਿਸ ਨੂੰ ਕਮਜ਼ੋਰ ਕਰ ਦੇਵਾਂਗੇ, ਆਤੰਕਵਾਦੀਆਂ ਦੇ ਵੀ ਵੋਟ ਚਾਹੀਦੇ ਨੇ ਕਾਂਗਰਸ ਨੂੰ। ਕਾਂਗਰਸ ਨੂੰ ਅੱਜ ਪਾਕਿਸਤਾਨ ਦੇ ਵੀ ਵੋਟ ਚਾਹੀਦੇ ਨੇ, ਕਿਉਂਕਿ ਪਾਕਿਸਤਾਨ ਕਾਂਗਰਸ ਦਾ ਸਮਰਥਨ ਕਰ ਰਿਹਾ ਔਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਹੋਏ, ਚਾਹੇ ਮਨੀ ਸ਼ੰਕਰ ਅਈਅਰ ਹੋਏ, ਚਾਹੇ ਕਪਿਲ ਸਿੱਬਲ ਹੋਏ, ਚਾਹੇ ਦਿਗ ਵਿਜੇ ਸਿੰਘ ਹੋਏ, ਇਹ ਸਾਰੇ ਲੋਕ ਕਾਂਗਰਸ ਜਿਹੜੀ ਹੈ ਪਾਕਿਸਤਾਨ ਪ੍ਰਸ਼ੰਸਕ ਬਣ ਗਈ ਹੈ। ਪਾਕਿਸਤਾਨ ਵੀ ਮੋਦੀ ਜੀ ਤੋਂ ਆਤੰਕਿਤ ਹੋ ਕੇ ਕਹਿੰਦਾ ਹੈ ਕਿ ਸਿੱਧੂ ਨੂੰ ਪ੍ਰਧਾਨ ਮੰਤਰੀ ਬਣਾਓ, ਕਾਂਗਰਸ ਦਾ ਰਾਜ ਲਿਆਓ, ਮੋਦੀ ਜੀ ਨੇ ਜੀਣਾ ਬਹਾਲ ਕਰਤਾ। ਸੋ ਅੱਜ ਪ੍ਰਸ਼ਨ ਇਹ ਹੈ ਕਿ ਇੱਕ ਪਾਸੇ ਤੇ ਮਜਬੂਰ ਸਰਕਾਰ ਜਿਹਦਾ ਕਿ ਪ੍ਰਧਾਨ ਮੰਤਰੀ ਨਹੀਂ ਕੋਈ ਮੰਨਦਾ, ਰਾਹੁਲ ਗਾਂਧੀ ਨੂੰ ਕੌਣ ਮੰਨਦਾ, ਜਿੰਨੀਆਂ ਪਾਰਟੀਆਂ ਨੇ ਉਹ ਕਹਿੰਦੀਆਂ ਜੀ ਰਾਹੁਲ ਗਾਂਧੀ ਸਾਡਾ ਕੈਂਡੀਡੇਟ ਨਹੀਂ ਹੈ। ਔਰ ਇੱਥੇ ਮਜ਼ਬੂਤ ਸਰਕਾਰ ਜਿਹੜੀ ਕਿ ਮੋਦੀ ਜੀ ਪ੍ਰਧਾਨ ਮੰਤਰੀ ਦੇ ਤੌਰ ਤੇ ਬੜਾ ਕੜਾ ਆਪਣਾ ਕਦਮ ਰੱਖ ਕੇ ਖੜੇ ਨੇ। ਸੋ ਮੈਂ ਸਮਝਦਾ ਕਿ 19 ਮਈ ਨੂੰ ਕਾਂਗਰਸ ਦੇ ਪੰਜੇ ਤੋਂ ਪੰਜਾਬ ਵੀ ਆਜ਼ਾਦ ਹੋਏਗਾ, ਦੇਸ਼ ਵੀ ਆਜ਼ਾਦ ਹੋਏਗਾ। Watching Channel Y, a South Asian Canadian channel.